ਸਤਿ ਸ਼੍ਰੀ ਅਕਾਲ ਜੀ। ਅਸੀਂ ਗੱਲਬਾਤ ਕਰਾਂਗੇ ਜਿਵੇਂ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਦੇ ਵਿੱਚ ਇਸ ਟਾਈਮ ਬੜਾ ਗਹਿਰਾ ਵਿਵਾਦ ਉੱਠਿਆ ਔਰ ਬਿਹਾਰ ਦੇ ਵਿੱਚ ਮੁਜ਼ੱਫਰਨਗਰ ਦੇ ਵਿੱਚ ਉਹਨਾਂ ਦੇ ਖਿਲਾਫ ਦੇਸ਼ ਧਰੋਹ ਦਾ ਪਰਚਾ ਵੀ ਦਰਜ ਹੋਣ ਦੀਆਂ ਖਬਰਾਂ ਆ ਚੁੱਕੀਆਂ ਨੇ। ਪਰ ਜਿਵੇਂ ਕਿ ਉਹ ਸਿੱਧੂ ਸਾਹਿਬ ਕਹਿ ਰਹੇ ਨੇ ਕਿ ਉਹਨਾਂ ਨੇ ਗੁਰਦੁਆਰਿਆਂ ਦੇ ਨਾਲ ਸੰਬੰਧਿਤ ਜਿਹੜਾ ਲਾਂਘਾ ਖੋਲ੍ਹਣ ਦੀ ਗੱਲ ਕੀਤੀ ਸੀ, ਉਹਨਾਂ ਨੇ ਕੋਈ ਐਸੀ ਕੋਈ ਗਲਤ ਗੱਲ ਕੀਤੀ ਨਹੀਂ। ਇਸ ਕਰਕੇ ਜੇ ਕੋਈ ਉਹਨਾਂ ਨੂੰ ਗਲੇ ਮਿਲਣ ਆਇਆ ਤਾਂ ਉਹਦਾ ਸਵਾਗਤ ਹੋਣਾ ਚਾਹੀਦਾ। ਔਰ ਸਿੱਖ ਪਰੰਪਰਾ ਵੀ ਮੁੱਢ ਤੋਂ ਇਹੀ ਰਹੀ ਹੈ ਕਿ ਜੇ ਕੋਈ ਬੰਦਾ ਚਾਹੇ ਦੁਸ਼ਮਣ ਵੀ ਹੈ ਸਾਡੇ ਨਾਲ ਗਲੇ ਮਿਲਣਾ ਚਾਹੁੰਦਾ, ਭਾਈਚਾਰਾ ਮਜ਼ਬੂਤ ਕਰਨਾ ਚਾਹੁੰਦਾ, ਤਾਂ ਸਿੱਖਾਂ ਨੇ ਹਮੇਸ਼ਾ ਉਹਦਾ ਸਵਾਗਤ ਕੀਤਾ, ਗੁਰੂਆਂ ਨੇ ਸਵਾਗਤ ਕੀਤਾ। ਸੋ ਇਸ ਕਰਕੇ ਅੱਜ ਸਿੱਧੂ ਦਾ ਬੜੇ ਪਾਸਿਓਂ ਵਿਰੋਧ ਹੋ ਰਿਹਾ। ਸਾਡੇ ਨਾਲ ਨੇ ਸਰਦਾਰ ਜਗਦੀਪ ਸਿੰਘ ਚੀਮਾ ਜੀ, ਸਾਬਕਾ ਜ਼ਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ ਤੋਂ। ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਨਵਜੋਤ ਸਿੰਘ ਸਿੱਧੂ ਬਾਰੇ ਕੀ ਰਾਏ ਰੱਖਦਾ, ਕਿਉਂਕਿ ਅਸੀਂ ਦੋ ਟਾਈਮ ਗੁਰਦੁਆਰਿਆਂ ਦੇ ਵਿੱਚ ਅਰਦਾਸਾਂ ਕਰਦੇ ਹਾਂ ਸਿੱਖਾਂ ਨੂੰ ਜਿਹੜੇ ਵਿਛੜੇ ਗੁਰਧਾਮ ਨੇ ਉਹਨਾਂ ਦੇ ਦਰਸ਼ਨ ਕਰਨ ਦੀ, ਤਾਂ ਜੇ ਸਿੱਧੂ ਦੇ ਉੱਪਰ ਅੱਜ ਦੇਸ਼ ਧਰੋਹ ਦਾ ਮੁਕੱਦਮਾ ਦਰਜ ਹੋ ਗਿਆ ਤਾਂ ਕੀ ਸਾਰੇ ਗੁਰਦੁਆਰਿਆਂ ਦੇ ਵਿੱਚ ਦੇਸ਼ ਧਰੋਹ ਦੀਆਂ ਜਿਹੜੀਆਂ ਗਤੀਵਿਧੀਆਂ ਚੱਲਦੀਆਂ ਨੇ? ਚੀਮਾ ਸਾਹਿਬ ਤੋਂ ਅਸੀਂ ਜਵਾਬ ਲਵਾਂਗੇ ਇਸ ਚੀਜ਼ ਦਾ। ਦੇਖੋ, ਜਿੱਥੇ ਤੱਕ ਸਿੱਧੂ ਸਾਹਿਬ ਦਾ ਸਵਾਲ ਹੈ, ਉਹ ਇੱਕ ਸ਼ੋਸ਼ੇਬਾਜ਼ੀ ਜਿਵੇਂ ਇੱਕ ਲਾਫਟਰ ਚੈਨਲ 'ਤੇ ਕੰਮ ਕਰਦਾ, ਉਸ ਕਿਸਮ ਨਾਲ ਹੀ ਉਹ ਸਿਆਸਤ ਚਲਾਉਂਦਾ। ਇਹ ਉਹਦਾ ਸਬਜੈਕਟ ਨਹੀਂ ਗਾ ਵੀ ਉਹ ਇੱਕ ਸਟੇਟ ਲੈਵਲ ਦਾ ਮਿਨਿਸਟਰ ਹੋ ਕੇ, ਨਾ ਉਹਦੇ ਕੋਲ ਕੋਈ ਉਹੋ ਜਿਹਾ ਅਹੁਦਾ ਨੈਸ਼ਨਲ ਲੈਵਲ 'ਤੇ, ਨਾ ਕੋਈ ਗੱਲ। ਉਹ ਇੱਕ ਗੁਆਂਢੀ ਦੇਸ਼ ਨਾਲ ਜਿਹਨਾਂ ਹਿੰਦੁਸਤਾਨ ਦੇ ਰਿਲੇਸ਼ਨ ਠੀਕ ਨਹੀਂ, ਉਹਨਾਂ ਨੂੰ ਉੱਠ ਕੇ ਜਾ ਕੇ ਜੱਫੀਆਂ ਪਾਵੇ, ਲਾਂਘੇ ਦੀਆਂ ਗੱਲਾਂ ਕਰੇ। ਸਗੋਂ ਮੈਂ ਸਮਝਦਾ ਵੀ ਇਹ ਜਿਹੜਾ ਮਸਲਾ ਹੈ, ਇਹ ਸਿੱਧੂ ਨੇ ਕੰਟਰੋਵਰਸੀ 'ਚ ਪਾਤਾ। ਜੇ ਕੋਈ ਕੰਮ ਬਣਨਾ ਵੀ ਸੀ, ਇਹਦੇ 'ਚ ਕੰਟਰੋਵਰਸੀ ਸ਼ੁਰੂ ਹੋ ਗਈ। ਜਦੋਂ ਵੀ ਕਿਸੇ ਚੀਜ਼ 'ਚ ਕੋਈ ਕੰਟਰੋਵਰਸੀ ਸ਼ੁਰੂ ਹੋ ਜੇ, ਉਹ ਮਸਲਾ ਜਿਹੜਾ ਉਹ ਹੱਲ ਨਹੀਂ ਹੁੰਦਾ, ਉਹ 'ਚ ਅੱਗੇ ਤੋਂ ਅੱਗੇ ਵੱਧਦਾ ਹੀ ਜਾਂਦਾ। ਇਹ ਸਿੱਧੂ ਨੇ ਮੇਰੇ ਹਿਸਾਬ ਨਾਲ ਗਲਤ ਕੰਮ ਕੀਤਾ। ਔਰ ਜਿਹੜਾ ਦੇਸ਼ ਦੀਆਂ ਫੌਜਾਂ ਨੂੰ ਨਿੱਤ ਦਿਹਾੜੇ ਬਾਰਡਰ ਦੇ ਉੱਪਰ ਕਤਲੇਆਮ ਗੋਲੀਬਾਰੀ ਹੋ ਰਹੀ ਹੈ, ਉਸ ਫੌਜੀ ਜਰਨੈਲ ਨਾਲ ਆਪਾਂ ਜਾ ਕੇ ਜੱਫੀਆਂ ਪਾਈਏ, ਇਹ ਵੀ ਕੋਈ ਮੈਂ ਸਮਝਦਾ ਨਾ ਤਾਂ ਕੋਈ ਧਾਰਮਿਕ ਗੱਲ ਹੈ, ਨਾ ਕੋਈ ਸਿਆਸੀ ਗੱਲ ਹੈ। ਇੱਕ ਗੁਆਂਢੀ ਮੁਲਕ ਜਿਹਦੇ ਨਾਲ ਆਪਣੀ ਦੁਸ਼ਮਣੀ ਹੈ, ਰੋਜ਼ ਫਾਇਰਿੰਗ ਹੁੰਦੀ ਹੈ, ਉਹਦੇ ਜਿਹੜਾ ਇੱਕ ਫੌਜ ਦਾ ਮੁਖੀ ਹੈ, ਉਹਨੂੰ ਆਪਾਂ ਜੱਫੀਆਂ ਪਾਈਏ। ਔਰ ਇੱਕ ਜਿਹੜਾ ਆਜ਼ਾਦ ਕਸ਼ਮੀਰ ਜਿਹਨੂੰ ਪਾਕਿਸਤਾਨ ਕਹਿੰਦਾ, ਉਹਦਾ ਰਾਸ਼ਟਰਪਤੀ ਜਿਹੜਾ ਉਹਨਾਂ ਨੇ ਡਿਕਲੇਅਰ ਕੀਤਾ ਹੋਇਆ, ਕੋਈ ਵੀ ਹੈ ABC, ਉਹਦੇ ਨਾਲ ਬੈਠ ਕੇ ਇੱਕ ਘੰਟਾ ਉਹਦੇ ਨਾਲ ਹੀ ਬੈਠਾ ਗੱਲਾਂ ਕਰੀ ਗਿਆ। ਇਹ ਕੋਈ ਦੇਸ਼ ਵਾਸਤੇ ਵਧੀਆ ਸਿਗਨਲ ਨਹੀਂ ਗੇ। ਮੈਂ ਸਮਝਦਾ ਪਤਾ ਨਹੀਂ ਕੀ ਸੀਕਰੇ ਸੀ ਇਹਨੇ ਦੇਸ਼ ਦੀ ਜਾ ਕੇ ਇੱਥੇ ਆਊਟ ਕੀਤੀ ਹੋਣੀ ਹੈ। ਮੈਂ ਕਾਂਗਰਸ ਨੂੰ ਇਹ ਬੇਨਤੀ ਕਰਾਂਗਾ, ਜਿਵੇਂ ਅੱਜ ਸਾਰਾ ਮੁਲਕ ਉਹਦੀ ਵਿਰੋਧਤਾ ਕਰ ਰਿਹਾ, ਕਾਂਗਰਸ ਨੂੰ ਇਮੀਡੀਏਟਲੀ ਉੱਤੇ ਕੋਈ ਐਕਸ਼ਨ ਲੈਣਾ ਚਾਹੀਦਾ। ਤੁਹਾਨੂੰ ਜਿਵੇਂ ਸਿੱਧੂ ਸਾਹਿਬ ਨੇ ਇੱਕ ਚਲੋ ਕੰਟਰੋਵਰਸੀ ਤੁਹਾਡਾ ਆਪਣਾ ਵਿਚਾਰ ਸੀ, ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਕਰਨੈਲ ਸਿੰਘ ਪੰਜੋਲੀ ਨੇ ਉਹਨਾਂ ਨੂੰ ਡਿਫੈਂਡ ਕਰਨ ਦੀ ਵੀ ਕੋਸ਼ਿਸ਼ ਕੀਤੀ ਕਿ ਸਿੱਧੂ ਦਾ ਜਿਹੜਾ ਉਪਰਾਲਾ ਸੀ ਠੀਕ ਸੀ ਕਿਸੇ ਹੱਦ ਤੱਕ, ਪਰ ਤੁਹਾਨੂੰ ਨਹੀਂ ਲੱਗਦਾ ਕਿ ਜੇ ਇੱਦਾਂ ਦੇ ਭਾਈਚਾਰਕ ਜਿਹੜੇ ਸਾਂਝ ਨੂੰ ਵਧਾਉਣ ਵਾਲੇ ਉਪਰਾਲੇ ਕਿਸੇ ਪੱਖ ਤੋਂ ਵੀ ਹੋਣੇ ਚਾਹੀਦੇ, ਚਾਹੇ ਇਹ ਨਹੀਂ ਕਹਿੰਦੇ ਵੀ ਆਪਾਂ ਸਿੱਧੂ ਨੇ ਕੀਤਾ ਚਾਹੇ ਕੱਲ੍ਹ ਨੂੰ ਤੁਸੀਂ ਵੀ ਕਰੋ, ਉਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਗੁਰੂਆਂ ਦਾ ਵੀ ਇੱਕ ਹੈਗਾ ਵੀ ਏਕ ਪਿਤਾ ਏਕ ਸਕੇ ਹਮ ਬਾਰਕ, ਸਾਰੇ ਮਤਲਬ ਉਸ ਅਕਾਲ ਪੁਰਖ ਦੀ ਸੰਤਾਨ ਆ। ਤਾਂ ਜੇ ਆਪਾਂ ਪਾਕਿਸਤਾਨ ਨਾਲ, ਦੇਖੋ ਤੁਸੀਂ ਇੱਕ ਹਿਸਟਰੀ ਦੀ ਗੱਲ ਆ ਕਿ ਅਮੈਰੀਕਾ ਨੇ ਜਾਪਾਨ ਦੇ ਉੱਪਰ ਪਰਮਾਣੂ ਬੰਬ ਨਾਲ ਹਮਲਾ ਕੀਤਾ, ਅੱਜ ਦੋਵੇਂ ਬੜੇ ਵਧੀਆ ਦੋਸਤ ਨੇ, ਸਾਨੂੰ ਨਹੀਂ ਮਤਲਬ ਇੰਡੀਆ ਅਤੇ ਪਾਕਿਸਤਾਨ ਨੂੰ ਵੀ ਜਿਹੜਾ ਕੋਈ ਭਾਈਚਾਰਕ ਸਾਂਝ ਉਸ ਤਰੀਕੇ ਦੀਆਂ ਪੁਰਾਣੀਆਂ ਦੁਸ਼ਮਣੀ ਰੰਜਿਸ਼ਾਂ ਭੁਲਾ ਕੇ ਇਕੱਠੇ ਹੋ ਜਾਣਾ ਚਾਹੀਦਾ, ਮਨੁੱਖੀ ਘਾਣ ਬੰਦ ਹੋਣਾ ਚਾਹੀਦਾ। ਇਹ ਜਿਹੜੇ ਮਸਲੇ ਨੇ ਨਾ ਇੰਟਰਨੈਸ਼ਨਲ ਮਸਲੇ ਨੇ, ਨਾ ਮੇਰੇ ਵਿੱਚ ਪੈਂਦਾ ਕੁਛ ਹੋਣਾ, ਨਾ ਕਿਸੇ ਹੋਰ ਅਕਾਲੀ ਦਲ ਦੇ ਜਾਂ ਕਾਂਗਰਸ ਦੇ ਲੀਡਰ ਨਾਲ ਵਿੱਚ ਪੈਂਦਾ ਹੋਣਾ। ਇਹ ਤਾਂ ਮਸਲੇ ਜਿਹੜੇ ਹੱਲ ਨੇ ਸਟੇਟ ਟੂ ਸਟੇਟ, ਗੌਰਮੈਂਟ ਟੂ ਗੌਰਮੈਂਟ ਹੋਣੇ ਆ। ਉਸ ਲੈਵਲ 'ਤੇ ਹੋਣ ਤਾਂ ਮਸਲੇ ਮੈਂ ਸਮਝਦਾ ਵਧੀਆ ਹੱਲ ਹੋ ਸਕਦੇ ਨੇ, ਮਤਲਬ ਹੱਲ ਹੋਣੇ ਚਾਹੀਦੇ। ਜਿਹੜਾ ਘਾਣ ਹੋ ਰਿਹਾ ਮਾਨਵਤਾ ਦਾ, ਉਹ ਬੰਦ ਹੋਣਾ, ਬਿਲਕੁਲ ਬੰਦ ਹੋਣਾ ਚਾਹੀਦਾ, ਔਰ ਮਸਲੇ ਹੱਲ ਹੋਣੇ ਚਾਹੀਦੇ ਨੇ। ਦੋਵੇਂ ਗੌਰਮੈਂਟਸ ਨੂੰ ਇਹ 'ਤੇ ਇਨੀਸ਼ੀਏਟਿਵ ਲੈਣਾ ਚਾਹੀਦਾ ਤਾਂ ਕਿ ਇਹ ਮਸਲਾ ਜਿਹੜਾ ਇਹ ਜਲਦੀ ਤੋਂ ਜਲਦੀ ਹੱਲ ਹੋਵੇ। ਇਹ 'ਚ ਕੋਈ ਦੋ ਰਾਵਾਂ ਨਹੀਂ, ਜਿਹੜਾ ਪੰਜਾਬ ਹੈ ਇੱਕ ਬਾਰਡਰ ਸਟੇਟ ਹੈ, ਸਭ ਤੋਂ ਵੱਡਾ ਜਿਹੜਾ ਨੁਕਸਾਨ ਹੈ ਉਹ ਪੰਜਾਬ ਦਾ ਹੋ ਰਿਹਾ ਇਸ ਮਸਲੇ 'ਤੇ। ਅਸੀਂ ਵੀ ਚਾਹਾਂਗੇ ਵੀ ਇਹ ਮਸਲਾ ਜਲਦੀ ਤੋਂ ਜਲਦੀ ਜਿਹੜਾ ਹੱਲ ਹੋਵੇ। ਇਹਨਾਂ ਨੇ ਆਪਣੇ ਤਰੀਕੇ ਨਾਲ ਆਪਣੀ ਪਾਰਟੀ ਨੂੰ ਡਿਫੈਂਡ ਕੀਤਾ, ਔਰ ਜੋ ਆਪੋਜੀਸ਼ਨ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਸਿੱਧੂ ਦੇ ਅਗੇਂਸਟ ਵੀ ਚਲੋ ਬੋਲੇ, ਔਰ ਫਿਰ ਵੀ ਇਹ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਗੱਲਾਂ ਇਹਨਾਂ ਨੇ ਕੀਤੀਆਂ ਕਿ ਹੋਣੀਆਂ ਚਾਹੀਦੀਆਂ ਨੇ, ਸਟੇਟ ਲੈਵਲ 'ਤੇ ਅੰਤਰਰਾਸ਼ਟਰੀ ਪੱਧਰ 'ਤੇ ਸਿਆਣੇ ਲੋਕ ਮਿਲ ਬੈਠ ਕੇ ਇਹ ਮਸਲੇ ਦਾ ਹੱਲ ਕੱਢਣ, ਕਿਉਂਕਿ ਜ਼ਰੂਰੀ ਹੈ। ਜਿਵੇਂ ਇਹਨਾਂ ਨੇ ਵੀ ਚੀਮਾ ਸਾਹਿਬ ਨੇ ਵੀ ਦੱਸਿਆ ਕਿ ਪੰਜਾਬ ਦੇ ਨਾਲ ਬਾਰਡਰ ਲੱਗਦਾ, ਬਾਰਡਰ ਸਟੇਟ ਹੈ ਪੰਜਾਬ, ਔਰ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਦਾ ਹੋ ਰਿਹਾ, ਤਾਂ ਗੱਲ ਬਿਲਕੁਲ ਸੱਚਾਈ ਹੈ। 1947 ਤੋਂ ਲੈ ਕੇ ਹੁਣ ਤੱਕ ਪੰਜਾਬ ਇਹ ਬਾਰਡਰ ਬਣਨ ਦੇ ਨਾਲ ਬੜਾ ਤਕੜਾ ਸੰਤਾਪ ਹੰਢਾ ਚੁੱਕਾ, ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਨੇ। ਧੰਨਵਾਦ।